ਧੰਨਵਾਦ ਇੱਕ ਵਾਰ ਫੇਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਏਪੀਸੀ ਨਿਊਜ਼ ਤੇ ਹੁਣ ਅਸੀਂ ਤੁਹਾਨੂੰ ਵਿਖਾਵਾਂਗੇ ਪੂਰੇ ਦੀ ਵੀਡੀਓ ਸਿਰਫ ਤੇ ਸਿਰਫ ਸਾਡੇ ਚੈਨਲ ਤੇ ਐਕਸਕਲੂਸਿਵ ਦਿਮਾਗ ਖਰਾਬ ਨਾ ਕਰ ਇਹ ਦੱਸ ਇਹਨੂੰ ਮਾਰਿਆ ਕਿਉਂ ਸਵਾਦ ਆਉਂਦਾ ਬੰਦਾ ਮਾਰ ਕੇ ਮੈਨੂੰ ਸ਼ੌਂਕ ਹੈ ਕਤਲ ਕਰਨ ਦਾ ਚੰਗਾ ਲੱਗਦਾ ਮੈਨੂੰ ਤਿਪ ਤਿਪ ਤਰਲ ਤਰਲ ਵਹਿੰਦਾ ਲਹੂ ਜਿਹੜਾ ਮੇਰੇ ਅੱਗੇ ਉੱਚੀ ਬੋਲਿਆ ਕਿਹਨੂੰ ਦੇਖ ਕੇ ਤੁਸੀਂ ਇਹ ਸੇਧ ਲਈ ਬਚਪਨ ਤੋਂ ਹੀ ਸ਼ੌਂਕ ਸੀ ਮੇਰਾ ਪਿਓ ਬਦਮਾਸ਼ ਸੀ ਮੈਂ ਬਦਮਾਸ਼ ਹਾਂ ਮੇਰਾ ਮੁੰਡਾ ਵੀ ਬਦਮਾਸ਼ ਹੀ ਹੋਊਗਾ ਸਾਡੀ ਰਿਪੋਰਟਰ ਸ਼ਵੇਤਾ ਸਿੰਘ ਸਾਡੇ ਨਾਲ ਜੁੜ ਚੁੱਕੀ ਹੈ ਜੋ ਕਿ ਐਸਐਸਪੀ ਦਫ਼ਤਰ ਦੇ ਬਾਹਰ ਮੌਜੂਦ ਹੈ ਜੀ ਸ਼ਵੇਤਾ ਜੀ ਅਸੀਂ ਇਸ ਵੇਲੇ ਐਸਐਸਪੀ ਆਫਿਸ ਦੇ ਬਾਹਰ ਖੜੇ ਹਾਂ ਅਤੇ ਇਸ ਕੇਸ ਨੇ ਪੁਲਿਸ ਡਿਪਾਰਟਮੈਂਟ ਲਈ ਕਾਫੀ ਸਾਰੇ ਸਵਾਲ ਖੜੇ ਕਰ ਦਿੱਤੇ ਆ ਆਈਏ ਆਪਾਂ ਪੁਲਿਸ ਤੋਂ ਹੀ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਸਰ 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 ਪੰਜ ਖਤਰਨਾਕ ਮੁਜਰਿਮ ਹਾਲੇ ਤੱਕ ਬਾਹਰ ਘੁੰਮ ਰਹੇ ਆ ਤੁਸੀਂ ਪੁਲਿਸ ਦੀ ਨਾਕਾਮੀ ਬਾਰੇ ਕੀ ਸਫਾਈ ਦੇਣਾ ਚਾਹੋਗੇ ਇਹ ਸਫਾਈ ਦੇਣ ਦਾ ਨਹੀਂ ਸਫਾਈ ਕਰਨ ਦਾ ਟਾਈਮ ਹੈ ਥੈਂਕ ਯੂ ਸਰ 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 ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਪੁਲਿਸ ਹਾਲੇ ਤੱਕ ਮੀਡੀਆ ਦੇ ਕੁਐਸਚਨਸ ਨੂੰ ਇਗਨੋਰ ਕਰ ਰਹੀ ਆ ਕੈਮਰਾਮੈਨ ਦੀਪਕ ਦੇ ਨਾਲ ਮੈਂ ਸ਼ਵੇਤਾ ਸਿੰਘ ਏਪੀਸੀ ਨਿਊਜ਼ ਜੈਨ ਸਰ ਇਸ ਸ਼ਹਿਰ 'ਚ ਤੇਰੀ ਜੁਆਇਨਿੰਗ ਦਾ ਪਹਿਲਾ ਦਿਨ ਅਤੇ ਐਡਾ ਵੱਡਾ ਕੇਸ ਹੈਂਡਲ ਕਰ ਲੇਂਗਾ ਸਰ ਇਹ ਸਭ ਕਾਪੇ ਲਈ ਪਲਾਨ ਹੋਇਆ ਸੀ ਬਾਕੀ ਚਾਰਾਂ ਦੀ ਤਾਂ ਫ੍ਰੀ ਫੰਡ 'ਚ ਹੀ ਲੋਟਰੀ ਲੱਗੀ ਹੈ ਐਕਸਪਲੇਨ ਸਰ ਜੱਜ ਸਾਹਿਬ ਨੇ ਕਾਪੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅੱਗੇ ਇਲੈਕਸ਼ਨ ਹੈ ਕਾਪੇ ਦਾ ਫਰਾਰ ਹੋਣਾ ਪੋਲੀਟੀਕਲ ਪਾਰਟੀਜ਼ ਲਈ ਫਾਇਦੇ ਦੀ ਗੱਲ ਹੋ ਸਕਦੀ ਹੈ ਇਹਨਾਂ 'ਚੋਂ ਸਿਰਫ ਕਾਪਾ ਹੀ ਹੈ ਜੋ ਇੰਨੀ ਹਿੰਮਤ ਰੱਖਦਾ ਸ਼ਹਿਰ ਦੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਿਸ ਦੀ ਨਾਕਾਬੰਦੀ ਹੈ ਇਹਨਾਂ ਦੀ ਫੈਮਿਲੀਜ਼ 'ਤੇ ਵੀ ਪੁਲਿਸ ਦੀ ਨਜ਼ਰ ਹੈ ਪੂਰਾ ਸ਼ਹਿਰ ਹਾਈ ਅਲਰਟ 'ਤੇ ਸਰ ਗੁੱਡ ਅੱਗੇ ਦਾ ਕੀ ਪਲਾਨ ਹੈ ਸਰ ਵੇਟ ਹੈ ਉਹਨਾਂ ਦੇ ਅਗਲੇ ਸਟੈਪ ਦੀ ਉਹ ਜਲਦੀ ਫੜੇ ਜਾਣਗੇ ਵਿਕਰਮ ਇਹ ਹਰਦੀਪ ਹੈ ਸਰ ਇਹ ਸਾਡੇ ਮਹਿਕਮੇ ਦਾ ਸਭ ਤੋਂ ਵੱਧ ਤਜਰਬੇਕਾਰ ਬੰਦਾ ਹੈ ਕੱਲ੍ਹ ਇਹਦੀ ਰਿਟਾਇਰਮੈਂਟ ਹੈ ਅਤੇ ਇਸ ਕੇਸ 'ਚ ਤੇਰੀ ਮਦਦ ਕਰੇਗਾ ਜੀ ਅਤੇ ਇੱਕ ਗੱਲ ਦਾ ਧਿਆਨ ਰੱਖਿਓ ਇਹ ਫੜਨੇ ਨਹੀਂ ਠੋਕਣੇ ਹੈ ਮਹਿਕਮੇ ਦੀ ਬਹੁਤ ਬਦਨਾਮੀ ਹੋਈ ਹੈ ਪੁਲਿਸ ਕਿਤੇ ਵੀ ਨੀਵੀਂ ਨਹੀਂ ਦਿਖਣੀ ਚਾਹੀਦੀ ਇਹ ਸਾਲੇ ਬਚ ਗਏ ਤਾਂ ਯੂਥ ਦੇ ਹੀਰੋ ਬਣ ਜਾਣਗੇ Yes, sir. Sir.